ਇਸ ਵੇਲੇ ਦੀ ਇੱਕ ਖਾਸ ਖਬਰ ਦੇ ਬਦਲ ਤੁਹਾਨੂੰ ਲੈ ਕੇ ਚੱਲਦੇ ਹਾਂ ਜੀ ਅਮਰਿਤਪਾਲ ਸਿੰਘ ਦੇ ਮਾਤਾ ਬਲਵਿੰਦਰ ਕੌਰ ਨੇ ਪੁਲਿਸ ਪ੍ਰਸ਼ਾਸਨ ਤੇ ਧੱਕਾਸ਼ਾਹੀ ਦੇ ਇਲਜ਼ਾਮ ਲਗਾਏ ਨੇ ਜੀ ਹਾਂ ਇੱਕ ਵੱਡੀ ਅਪਡੇਟ ਹੈ ਤੁਹਾਡੇ ਨਾਲ ਸਾਂਝੀ ਕਰਾਂਗੇ ਅਮਰਿਤਪਾਲ ਸਿੰਘ ਦੇ ਹਮਾਇਤੀਆਂ ਵੱਲੋਂ ਅਰਦਾਸ ਸਮਾਗਮ ਦੇ ਵਿੱਚ ਪੁਲਿਸ ਦਾ ਅੜਿਕਾ ਨਜ਼ਰ ਆਇਆ ਮਾਤਾ ਬਲਵਿੰਦਰ ਕੌਰ ਨੇ ਗੰਭੀਰ ਇਲਜ਼ਾਮ ਵੀ ਲਾਏ ਨੇ ਪੁਲਿਸ ਪ੍ਰਸ਼ਾਸਨ ਤੇ ਆਖਰ ਕੀ ਕਾਰਨ ਰਹੇ ਨੇ ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਅਮਰਿਤਪਾਲ ਸਿੰਘ ਤੇ ਹੋਰ ਸਿੰਘਾਂ ਦੀ ਰਿਹਾਈ ਲਈ ਅੱਜ ਤੱਕ ਅਤਿ ਸ਼੍ਰੀਕੇਸਗੜ੍ਹ ਸਾਹਿਬ ਵਿਖੇ ਅਰਦਾਸ ਕੀਤੀ ਜਾ ਰਹੀ ਸੀ ਇਸ ਸਮਾਗਮ ਦੇ ਵਿੱਚ ਅਰਦਾਸ ਦੇ ਵਿੱਚ ਅਮਰਿਤਪਾਲ ਸਿੰਘ ਦੀ ਮਾਤਾ ਬਲਵਿੰਦਰ ਕੌਰ ਤੇ ਹੋਰ ਕਈ ਲੋਕ ਕਈ ਉਗੀਆਂ ਸ਼ਖਸੀਅਤਾਂ ਵੀ ਪਹੁੰਚ ਰਹੀਆਂ ਸਨ ਉਹਨਾਂ ਨੇ ਸੰਗਤਾਂ ਨੂੰ ਅਰਦਾਸ ਸਮਾਗਮ ਦੇ ਵਿੱਚ ਸ਼ਾਮਲ ਹੋਣ ਦੀ ਅਪੀਲ ਜੋ ਕੀਤੀ ਹੋਈ ਸੀ ਦੱਸਦੀ ਹੈ ਕਿ ਅਮਰਿਤਪਾਲ ਸਿੰਘ ਤੇ ਉਸਦੇ ਸਾਥੀਆਂ ਦੇ ਪਰਿਵਾਰਾਂ ਵੱਲੋਂ ਉਹਨਾਂ ਦੀ ਰਿਹਾਈ ਵਾਸਤੇ ਪੰਜ ਤਖਤ ਸਹਿਬਾਨ ਤੇ ਅਰਦਾਸ ਸਮਾਗਮ ਕਰਨ ਦਾ ਪ੍ਰੋਗਰਾਮ ਔਲੀ ਕਿਹਾ ਗਿਆ ਇਸ ਤਹਿਤ ਦੂਜਾ ਅਰਦਾਸ ਸਮਾਗਮ ਅੱਜ 19 ਨਵੰਬਰ ਨੂੰ ਆਨੰਦਪੁਰ ਸਾਹਿਬ ਵਿਖੇ ਤਖਤ ਸ਼੍ਰੀ ਕੇਸਗੜ ਸਾਹਿਬ ਵਿਖੇ ਹੋਣ ਜਾ ਰਿਹਾ ਸੀ ਇਸ ਅਰਦਾਸ ਸਮਾਗਮ ਦੀ ਸ਼ੁਰੂਆਤ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਕੀਤੀ ਗਈ ਸੀ ਉਧਰ ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਅਮਰਿਤਪਾਲ ਸਿੰਘ ਦੀ ਮਾਤਾ ਬੀਬੀ ਬਲਵਿੰਦਰ ਕੌਰ ਨੇ ਦੋਸ਼ ਲਾਇਆ ਹੈ ਕਿ ਪੁਲਿਸ ਨੇ ਸਿੱਖ ਸੰਗਤ ਨੂੰ ਤਖਤ ਸ਼੍ਰੀ ਕੇਸਗੜ ਸਾਹਿਬ ਵਿਖੇ ਹੋਣ ਵਾਲੇ ਅਰਦਾਸ ਸਮਾਗਮ ਦੇ ਵਿੱਚ ਸ਼ਾਮਲ ਹੋਣ ਤੋਂ ਰੋਕ ਲਿਆ ਸੀ ਇਸ ਸਬੰਧ ਦੇ ਵਿੱਚ ਸ਼ਨੀਵਾਰ ਨੂੰ ਇੱਕ ਕਾਫਲਾ ਪਿੰਡ ਜੱਲੂਪੁਰ ਖੇੜਾ ਤੋਂ ਸ਼੍ਰੀ ਅਨੰਦਪੁਰ ਸਾਹਿਬ ਦੇ ਲਈ ਜੋਰ ਰਵਾਨਾ ਹੋਇਆ ਸੀ ਬੀਬੀ ਬਲਵਿੰਦਰ ਕੌਰ ਨੇ ਦੋਸ਼ ਲਾਇਆ ਏ ਕਿ ਸ਼ਨੀਵਾਰ ਨੂੰ ਸੰਗਤ ਕਾਫਲੇ ਦੇ ਰੂਪ ਦੇ ਵਿੱਚ ਸ਼੍ਰੀ ਅਨੰਦਪੁਰ ਸਾਹਿਬ ਜਾਣ ਵਾਸਤੇ ਪਿੰਡ ਜੱਲੂਪੁਰ ਖੇੜਾ ਆ ਰਹੀ ਸੀ ਪਰ ਪੁਲਿਸ ਨੇ ਪਿੰਡ ਨੂੰ ਸ਼ੌਣੀ ਦੇ ਵਿੱਚ ਤਬਦੀਲ ਕਰਕੇ ਰੱਖ ਦਿੱਤਾ ਤੇ ਸੰਗਤ ਨੂੰ ਪਿੰਡ ਨਹੀਂ ਪੁੱਜਣ ਦਿੱਤਾ ਗਿਆ ਉਹਨਾਂ ਨੇ ਕਿਹਾ ਇਹ ਤਖਤ ਸ਼੍ਰੀ ਕੇਸਗੜ ਸਾਹਿਬ ਵੱਲ ਜਾਣ ਵਾਸਤੇ ਵੀ ਸਿਰਫ ਪਰਿਵਾਰ ਦੇ ਕੁਝ ਵਾਹਨਾਂ ਨੂੰ ਹੀ ਜਾਣ ਦੀ ਆਗਿਆ ਦਿੱਤੀ ਗਈ ਸੀ ਜਦਕਿ ਸੰਗਤ ਦੇ ਬਾਕੀ ਵਾਹਨ ਰਸਤੇ ਵਿੱਚ ਹੀ ਰੋਕ ਦਿੱਤੇ ਗਏ ਸਨ ਜਿਸ ਕਾਰਨ ਪਰਿਵਾਰ ਦੇ ਕੁਝ ਮੈਂਬਰ ਹੀ ਅਨੰਦਪੁਰ ਸਾਹਿਬ ਜਾ ਸਕੇ ਸਨ ਉਹਨਾਂ ਨੇ ਦੋਸ਼ ਲਾਇਆ ਇਹ ਕਿ ਖਾਲਸਾ ਵਹੀਰ ਦੇ ਮੈਂਬਰਾਂ ਤੇ ਸੰਗਤ ਨੂੰ ਘਰਾਂ ਵਿੱਚ ਹੀ ਨਜ਼ਰਬੰਦ ਕਰ ਦਿੱਤਾ ਗਿਆ ਤਾਂ ਜੋ ਇਹ ਅਰਦਾਸ ਸਮਾਗਮ ਸਫਲ ਨਾ ਹੋ ਸਕੇ ਪਰਿਵਾਰ ਵੱਲੋਂ ਤਖਤ ਸ਼੍ਰੀ ਕੇਸਗੜ ਸਾਹਿਬ ਵਿਖੇ ਕੀਤੇ ਜਾਣ ਵਾਲੇ ਅੰਮ੍ਰਿਤ ਸੰਚਾਰ ਪ੍ਰੋਗਰਾਮ ਵਾਸਤੇ ਕਕਾਰ ਮੁਫਤ ਵੰਡਣ ਦਾ ਵੀ ਪ੍ਰੋਗਰਾਮ ਸੀ ਜੋ ਕਿ ਉਸ ਨੂੰ ਵੀ ਵਿੱਚ ਹੀ ਰੱਖ ਦਿੱਤਾ ਗਿਆ ਆਖਰਕਾਰ ਇਹ ਕਾਰਨ ਜਿਹੜੇ ਨੇ ਇਹ ਰਹੇ ਨੇ ਆਖਰਕਾਰ ਪੁਲਿਸ ਪ੍ਰਸ਼ਾਸਨ ਨੇ ਅੱਜ ਜੋ ਕੀਤੀ ਹੈ ਉਹ ਬਿਲਕੁਲ ਬਹੁਤ ਮੰਦਭਾਗੀ ਗੱਲ ਹੋਈ ਹੈ ਆਖਰ ਅਰਦਾਸ ਸਮਾਗਮਾਂ ਦੇ ਵਿੱਚ ਸ਼ਾਮਲ ਹੋਣ ਦੇ ਲਈ ਬਿਲਕੁਲ ਰੋਕਿਆ ਗਿਆ ਹੈ ਆਖਰਕਾਰ ਪੁਲਿਸ ਪ੍ਰਸ਼ਾਸਨ ਔਰ ਕਿਤੇ ਨਾ ਕਿਤੇ ਜੇ ਗੱਲ ਕਰੀਏ ਤਾਂ ਅਮਰਿਤਪਾਲ ਸਿੰਘ ਦੀ ਮਾਤਾ ਨੇ ਇਲਜ਼ਾਮ ਲਗਾਇਆ ਹੈ ਕਿ ਹੁਣ ਜੋ ਪੰਜਾਬ ਸਰਕਾਰ ਹੈ ਉਹ ਗੁੰਡਾਗਰਦੀ ਤੇ ਉਤਰਾਈ ਹੈ ਅਮਰਿਤਪਾਲ ਸਿੰਘ ਸਮੇਤ ਐਨਐਸਏ ਤਹਿਤ ਨਜ਼ਰਬੰਦ ਕੀਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਤਖ਼ਰ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਅਰਦਾਸ ਹੋਈ ਫਿਰ ਵੀ ਜੋ ਸੰਗਤ ਪਹੁੰਚ ਰਹੀ ਸੀ ਜਿਸ ਨੇ ਪਹੁੰਚਣਾ ਸੀ ਆਖਰ ਜਿਹੜੇ ਪਹਿਲਾਂ ਪਹੁੰਚ ਗਏ ਪਹਿਲਾਂ ਪਹੁੰਚੇ ਜਿਹੜੇ ਬਾਦ ਵਿੱਚ ਪਹੁੰਚਣਾ ਚਾਹੁੰਦੇ ਸੀ ਆਖਰ ਉਹ ਵੀ ਪਹੁੰਚੇ ਜਿਵੇਂ ਕਿਵੇਂ ਹੋਇਆ ਸੰਗਤ ਓਵੇਂ ਹੀ ਉਥੇ ਪਹੁੰਚੀ ਤੇ ਸੰਗਤ ਨੇ ਪਹੁੰਚ ਕੇ ਆਪਣੀ ਹਾਜ਼ਰੀ ਲਵਾ ਹੀ ਦਿੱਤੀ ਪੁਲਿਸ ਪ੍ਰਸ਼ਾਸਨ ਨੇ ਵੱਡੀ ਗਿਣਤੀ ਦੇ ਵਿੱਚ ਸੰਗਤ ਨੂੰ ਰੋਕਣ ਦੀ ਕੋਸ਼ਿਸ਼ ਤਾਂ ਬਹੁਤ ਕੀਤੀ ਪਰ ਸੰਗਤ ਫਿਰ ਵੀ ਉਥੇ ਪਹੁੰਚ ਕੇ ਅਰਦਾਸ ਸਮਾਗਮ ਦੇ ਵਿੱਚ ਸ਼ਾਮਲ ਜ਼ਰੂਰ ਹੋਈ ਹੈ ਆਖਰਕਾਰ ਫਿਰ ਵੀ ਸੰਗਤ ਨੇ ਉਥੇ ਪਹੁੰਚ ਕੇ ਹੀ ਦਮ ਲਿਆ ਪ੍ਰਸ਼ਾਸਨ ਨੇ ਆਪਣੇ ਵੱਲੋਂ ਜੋ ਕੀਤਾ ਉਹ ਬਹੁਤ ਘਟੀਆ ਹਰਕਤ ਕੀਤੀ ਹੈ ਅਮਰਿਤਪਾਲ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਤੇ ਸਮੂਹ ਜਥੇਬੰਦੀਆਂ ਨੇ ਵੀ ਇਸ ਨੂੰ ਸਖਤੀ ਦੇ ਨਾਲ ਨਿੰਦਣਾ ਕੀਤਾ ਹੈ ਉਹਨਾਂ ਦਾ ਮੰਨਣਾ ਹੈ ਕਿ ਜੋ ਹੋਇਆ ਬਹੁਤ ਹੀ ਮਾੜਾ ਹੋਇਆ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਨੂੰ ਇਸ ਤਰ੍ਹਾਂ ਨਹੀਂ ਸੀ ਕਰਨਾ ਚਾਹੀਦਾ ਉਧਰ ਗੱਲ ਕਰਾਂਗੇ ਜੀ ਹੋਰ ਨਾ ਖਾਸ ਖਬਰਾਂ ਦੀ ਸੋ ਇੱਕ ਵੱਡਾ ਖੁਲਾਸਾ ਜਿਹੜਾ ਹੈ ਉਹ ਇਸ ਵੇਲੇ ਅੱਜ ਦੀ ਰਿਪੋਰਟ ਦੇ ਵਿੱਚ ਹੋ ਰਿਹਾ ਹੈ ਸੋ ਗੱਲ ਕਰੀਏ ਜਿੱਥੇ ਕਿ ਕੁੱਲੜ ਪੀਜ਼ਾ ਕਪਲਜ਼ ਜੀ ਹਾਂ ਸਹਿਜ ਅਰੋੜਾ ਨੇ ਦੱਸਿਆ ਏ ਕਦੋਂ ਬਣਾਈਆਂ ਸਨ ਵਾਇਰਲ ਵੀਡੀਓਸ ਉਹਨਾਂ ਦਾ ਸੱਚ ਜਿਹੜਾ ਹੈ ਅੱਜ ਸਾਹਮਣੇ ਆ ਗਿਆ ਏ ਮਸ਼ਹੂਰ ਕੁੱਲੜ ਪੀਜ਼ਾ ਜੋੜੀ ਫਿਰ ਤੋਂ ਸੋਸ਼ਲ ਮੀਡੀਆ ਤੇ ਸਰਗਰਮ ਹੋ ਰਹੀ ਹੈ ਵੀਡੀਓ ਵਾਇਰਲ ਹੋਣ ਤੋਂ ਬਾਅਦ ਜੋੜੇ ਨੇ ਕੁਝ ਸਮੇਂ ਲਈ ਆਪਣੇ ਆਪ ਨੂੰ ਸੋਸ਼ਲ ਮੀਡੀਆ ਤੋਂ ਦੂਰ ਕਰ ਲਿਆ ਸੀ ਪਰ ਹਾਲ ਹੀ ਵਿੱਚ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਆਪਣੇ ਨਵਜਨਮੇ ਬੱਚੇ ਵਾਰਿਸ ਨਾਲ ਇੱਕ ਵੀਡੀਓ ਸ਼ੇਅਰ ਕੀਤੀ ਹੈ ਉੱਥੇ ਹੀ ਜਿੱਥੇ ਉਹਨਾਂ ਨੇ ਸੋਸ਼ਲ ਮੀਡੀਆ ਤੇ ਲੋਕਾਂ 'ਚ ਵਿਚਰਨਾ ਬੰਦ ਕਰ ਦਿੱਤਾ ਸੀ ਹੁਣ ਸੋਸ਼ਲ ਮੀਡੀਆ ਵਾਪਸੀ ਕੀਤੀ ਜਨਤਕ ਥਾਵਾਂ ਤੇ ਜਾਣਾ ਵੀ ਸ਼ੁਰੂ ਕੀਤਾ ਹੈ ਮੁਰ ਜ਼ਿੰਦਗੀ ਲਈ ਤੇ ਲੈ ਕੇ ਆ ਰਹੇ ਨੇ ਹੁਣ ਆਪਣੇ ਕੋਈ ਕੰਟਰੋਵਰਸੀ ਤੋਂ ਬਾਅਦ ਸਮਾਜ ਸੇਵੀ ਅਨਮੋਲ ਕਵਾਤਰਾ ਨਾਲ ਉਸਦੇ YouTube ਚੈਨਲ ਤੇ ਗੱਲਬਾਤ ਵੀ ਕੀਤੀ ਹੈ ਦਰਸਲ ਅਨਮੋਲ ਕਵਾਤਰਾ ਵੱਲੋਂ ਮਸ਼ਹੂਰ ਹਸਤੀਆਂ ਨਾਲ ਇੰਟਰਵਿਊਜ਼ ਕੀਤੀਆਂ ਜਾਂਦੀਆਂ ਨੇ ਕੁੱਲੜ ਪੀਜ਼ਾ ਜੋੜੇ ਦੀ ਵੀਡੀਓ ਵਾਇਰਲ ਹੋਣ ਮਗਰੋਂ ਪਹਿਲੀ ਵਾਰ ਸਹਿਜ अरोੜਾ ਨੇ ਇੰਟਰਵਿਊ ਦਿੱਤੀ ਹੈ ਸਹਿਜ अरोੜਾ ਨੇ ਅਨਮੋਲ ਨਾਲ ਗੱਲਬਾਤ ਦੇ ਵਿੱਚ ਦੱਸਿਆ ਵਿਲੈਕ ਮੈਲਰ ਕੋਲ ਮੇਰੀ ਹੋਰ ਵੀ ਵੀਡੀਓਜ਼ ਹੋ ਸਕਦੀਆਂ ਨੇ ਸਹਿਜ ਨੇ ਅਨਮੋਲ ਦੇ ਨਾਲ ਇੰਟਰਵਿਊ ਦੇ ਵਿੱਚ ਵਾਇਰਲ ਵੀਡੀਓ ਬਾਰੇ ਗੱਲ ਕੀਤੀ ਅਤੇ ਦੱਸਿਆ ਹੈ ਕਿ ਵੀਡੀਓ ਕਾਫੀ ਪੁਰਾਣੀ ਹੈ ਉਸ ਵੇਲੇ ਅਸੀਂ ਕੁੱਲੜ ਪੀਜ਼ਾ ਕਪਲ ਇਹਨੇ ਮਸ਼ਹੂਰ ਵੀ ਨਹੀਂ ਸਾਂ ਇਹ ਵੀਡੀਓ ਉਸ ਵੇਲੇ ਦੀ ਹੈ ਪਰ ਬਲੈਕਮੇਲਰ ਦੇ ਕੋਲ ਸਾਡੀਆਂ ਕੁਝ ਹੋਰ ਵੀਡੀਓ ਜੜੀਆਂ ਨੇ ਉਹ ਹੋ ਸਕਦੀਆਂ ਨੇ ਆਖਰਕਾਰ ਫਿਰ ਵੀ ਸਾਡੇ ਨਾਲ ਅਜੇਹਾ ਕਿਤੇ ਨਾ ਕਿਤੇ ਹੋ ਸਕਦਾ ਆਖਰ ਇਹ ਗੱਲ ਜਿਹੜੀ ਹੈ ਦੁਬਾਰਾ ਤੋਂ ਉਹਨਾਂ ਨੇ ਰੱਖ ਦਿੱਤੀ ਹੈ ਉਤੋਂ ਹੀ ਗੱਲ ਕਰੀਏ ਜੀ ਕਿ ਹੋਰ ਅਪਡੇਟ ਸਾਹਮਣੇ ਆ ਰਹੀ ਹੈ ਸੁਸ਼ਮિતા ਸੇਨ ਕਦੇ ਵੀ ਆਪਣੀ ਡੇਟਿੰਗ ਲਾਈਫ ਬਾਰੇ ਗੱਲ ਕਰਨ ਤੋਂ ਪਿੱਛੇ ਨਹੀਂ ਹਟਦੀ ਹੈ ਸੁਸ਼ਮિતા ਨੇ ਦੱਸਿਆ ਹੈ ਕਿ ਉਸਨੇ ਕਦੇ ਵੀ ਲਲਿਤ ਮੋਦੀ ਨਾਲ ਆਪਣੇ ਰਿਸ਼ਤੇ ਦਾ ਸਟੇਟਸ ਸ਼ੇਅਰ ਨਹੀਂ ਕੀਤਾ ਪਰ ਉਸਨੇ ਸੋਸ਼ਲ ਮੀਡੀਆ ਤੇ ਸਿਰਫ ਇੱਕ ਵਾਰ ਸਪਸ਼ਟ ਕੀਤਾ ਕਿ ਉਹ ਵਿਆਹੀ ਨਹੀਂ ਹੈ ਇਸ ਗਾਣੇ ਦੀ ਸ਼ੂਟਿੰਗ ਲਈ ਸ਼ਾਹਰੂਖ ਨੇ ਨਾਲ ਵੀ ਕਈ ਵਾਰੀ ਉਹਨਾਂ ਨੇ ਕੋਸ਼ਿਸ਼ ਕੀਤੀ ਆਖਰਕਾਰ ਕਾਰਜ ਜਿਹੜਾ ਸੀ ਉਹਨਾਂ ਦਾ ਨਹੀਂ ਹੋ ਪਾਇਆ ਅਭਿਨੇਤਰੀ ਨੇ ਕਿਹਾ ਮੈਂ ਹੁਣ ਇੰਸਟਾਗ੍ਰam ਤੇ ਇੱਕ ਪੋਸਟ ਕੀਤੀ ਹੈ ਕਿਉਂਕਿ ਕਈ ਵਾਰ ਮੈਨੂੰ ਲੱਗਦਾ ਹੈ ਕਿ ਜਦੋਂ ਲੋਕ ਚੁੱਪ ਰਹਿੰਦੇ ਨੇ ਤਾਂ ਉਹਨਾਂ ਦੀ ਚੁੱਪ ਨੂੰ ਕਮਜ਼ੋਰੀ ਜਾਂ ਡਰ ਸਮਝ ਲਿਆ ਜਾਂਦਾ ਹੈ ਮੈਨੂੰ ਸਿਰਫ ਇੱਕ ਪੋਸਟ ਪਾਉਣ ਦੀ ਲੋੜ ਸੀ ਤਾਂ ਜੋ ਉਹ ਜਾਣ ਸਕਣ ਕਿ ਮੈਂ ਹੱਸ ਰਹੀ ਹਾਂ ਸੀ ਉਸ ਤੋਂ ਬਾਅਦ ਮੇਰਾ ਕੰਮ ਖਤਮ ਹੋ ਗਿਆ ਹੈ ਸ਼ੁਸ਼ਮੀਤਾ ਸੇਨ ਨੇ ਅੱਗੇ ਕਿਹਾ ਜੇਕਰ ਤੁਸੀਂ ਕਿਸੇ ਨੂੰ 골ਡ ਡਿਗਰ ਕਹਿ ਰਹੇ ਹੋ ਤਾਂ ਕਟੋ ਕਟ ਇਸ ਤੋਂ ਕਮਾਈ ਨਾ ਕਰੋ ਆਪਣੇ ਤੱਥਾਂ ਦੀ ਜਾਂਚ ਕਰ ਲਿਓ ਮੈਨੂੰ ਹੀਰੇ ਪਸੰਦ ਨੇ ਸੋਨਾ ਨਹੀਂ ਵੈਸੇ ਵੀ ਇੱਕ ਇੱਕ ਹੋਰ ਤਜਰਬਾ ਸੀ ਮੈਂ ਇੱਕ ਕਿਸੇ ਨਾਲ ਵਿਆਹ ਕਰਨ ਜਾ ਰਹੀ ਸੀ ਤਾਂ ਮੈਂ ਉਸ ਨਾਲ ਵਿਆਹ ਕਰਾਂਗੀ ਮੈਂ ਕੋਸ਼ਿਸ਼ ਨਹੀਂ ਕਰ ਸਕਦੀਆਂ ਸ਼ੁਸ਼ਮੀਤਾ ਦੀ ਡੇਟਿੰਗ ਲਾਈਫ ਤੇ ਸ਼ੁਸ਼ਮੀਤਾ ਸੇਨ ਨੇ OTT ਤੇ ਡੈਬਿਊ ਕੀਤਾ ਹੈ ਆਖਰਕਾਰ ਉਸ ਦੇ ਬਾਰੇ ਆਪਾਂ ਸਾਰੇ ਜਾਣਦੇ ਹਿਆਂ ਸੋ ਮਿਲਦੇ ਆ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ